ਕਰਦੇ ਆ ਬਾਈ ਨਾਲ ਗੱਲਬਾਤ, ਪੁੱਛਦੇ ਆ ਬਾਈ ਤੋਂ ਨਸਲ ਬਾਰੇ। ਬਾਈ ਕਿਹੜੀ ਨਸਲ ਆ? ਇਹ ਵੀਰੇ ਸੈਂਟ ਬਰਨਾਰਡ। ਸੈਂਟ ਬਰਨਾਰਡ ਨਸਲ ਆ ਬਾਈ। ਬਾਈ ਕਿੰਨੀ ਕੇਜ ਆ ਆਪਣੀ ਡੌਗ ਦੀ? ਇਹ 2 ਸਾਲ ਆ ਬਾਈ। 2 ਸਾਲ ਦਾ ਬਾਈ। ਹਾਂਜੀ। ਪਹਿਲਾਂ ਬਾਈ ਕਿੰਨੇ ਸੂਹਾਂ ਚ ਪਾਤਾ ਆਪਾਂ ਕੁੱਤਾ? ਇਹ ਵੀਰੇ ਦੋਹਾਂ ਚ ਪਾਇਆ ਸੀਗਾ ਜੀ। ਕਿਵੇਂ ਕੀ ਰਿਜ਼ਲਟ ਆਇਆ? ਫਸਟ ਪੋਜੀਸ਼ਨ। ਫਸਟ ਪੋਜੀਸ਼ਨ। ਹਾਂਜੀ ਹਾਂਜੀ। ਅੱਜ ਵੀ ਵੀਰੇ ਫਸਟ ਆਈ ਪੋਜੀਸ਼ਨ। ਫਸਟ ਆਈ ਆ? ਹਾਂਜੀ। ਤੇ ਬਾਈ ਮੜਾ ਜਾ ਖੜਾ ਖੜਾ ਜਾ ਯਾਰ, ਆਇਓ ਆਇਓ ਮੜਾ ਜਾ, ਇੱਥੇ ਖੜਾ ਕਰ ਲਾ ਬਸ। ਇਹਦੇ ਬਾਈ ਬੱਚਿਆਂ ਦੇ ਦੱਸੋ ਮਾੜਾ ਜਿਹਾ ਵੀ ਆਪਾਂ ਨੂੰ ਜੇ ਬੱਚਾ ਕਿਸੇ ਨੇ ਲੈਣਾ ਹੋਵੇ ਕਿੰਨੇ ਕੁ ਪੈਸਿਆਂ ਦਾ ਮਿਲ ਜਾਂਦਾ? ਇਹਦਾ ਬਾਈ ਯਾਰ 20,000 ਦਾ ਆਪਾਂ ਨੂੰ ਬੱਚਾ ਮਿਲ ਜੂਗਾ। ਠੀਕ ਆ। ਜੇ ਕਿਸੇ ਨੇ ਪੁੱਤੀ ਮੀਟ ਕਰਾਉਣੀ ਹੋਵੇ? ਹਾਂਜੀ ਹਾਂਜੀ ਬਾਈ। ਤਾਂ ਉਹਦੀ ਫੀਸ ਕਿੰਨੀ ਆ? ਉਹਦੀ ਵੀਰੇ 10,000 ਆ। ਠੀਕ। ਤੇ ਇਹਦੇ ਪੇਪਰ ਵਗੈਰਾ ਵੀ ਹੁੰਦੇ? ਹਾਂਜੀ ਹਾਂਜੀ ਇਹਦੇ ਪੇਪਰ ਆ। ਮੇਰੇ ਪੇਪਰ ਆ ਬਾਈ। ਹਾਂਜੀ ਠੀਕ ਆ ਬਾਈ। ਤੇ ਬਾਈ ਆਪਣਾ ਐਡਰੈਸ ਕੀ ਆ? ਆਪਣਾ ਵੀਰੇ ਟੈਲਵਾ ਪਿੰਡ ਆ, ਕੋਟਕਪੁਰਾ ਦੇ ਲਾਗੇ। ਠੀਕ ਆ ਬਾਈ। ਤੇ ਇੱਕ ਆਪਣਾ ਕੰਟੈਕਟ ਨੰਬਰ ਦੇ ਦਿਓ ਬਾਈ। ਆਪਣਾ ਇਹਦੇ 9478814188। ਠੀਕ। ਤੇ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋਗੇ। ਤੇ ਬਾਈ ਕਹਿੰਦਾ 2 ਸੋ ਪਾਇਆ ਗਿਆ, ਦੋਨੇ ਫਸਟ ਰਿਹਾ ਹੈਗਾ, ਬਾਕੀ ਕੁਆਲਿਟੀ ਤਾਂ ਤੁਸੀਂ ਦੇਖ ਹੀ ਲਈ ਹੈਗੀ। ਤੇ ਬਾਈ ਇਹਦੀ ਯਾਰ ਫੀਡ ਫੂਡ ਦਾ ਜਿਵੇਂ ਇੰਨਾ ਇਹਦਾ ਮੰਨ ਕੇ ਚੱਲੋ, ਗਰਮੀ ਗੁਰਮੀ ਦਾ ਵੀ ਵੱਧ ਮੰਨਦਾ ਹੋਣਾ? ਨਹੀਂ ਨਹੀਂ ਬਾਈ, ਕੋਈ ਬਾਲੀ ਨਹੀਂ ਗੀ, ਨੋਰਮਲ ਡਾਈਟ ਆ ਸਾਰੀ ਇਹਦੀ। ਨੋਰਮਲ ਜਿਹੜੀ ਆਪਣੇ ਹਾਂ ਹੁੰਦੀ ਆ, ਰੋਟੀ ਬਸ ਦਹੀਂ ਦੁੱਧ ਲੱਸੀ। ਠੀਕ ਹੈ। ਨੋਰਮਲ ਡਾਈਟ ਹੀ ਹੈ। ਤੇ ਫੈਮਿਲੀ ਵਾਸਤੇ ਕਿਵੇਂ ਡੌਗ ਦਿੱਤਾ? ਜਿਵੇਂ ਤੁਹਾਡੇ ਸਾਹਮਣੇ ਆ, ਜਿਵੇਂ ਫਰੈਂਡਲੀ ਆ, ਕੋਈ ਟੱਚ ਕਰ ਲਓ ਕੋਈ ਚੱਕਰ ਨਹੀਂ ਹੈ, ਵੱਡਾ ਫੜਦਾ ਫੁੱਟਦਾ ਜਾਣਾ ਨਹੀਂ ਹੁੰਦਾ, ਜਿਵੇਂ ਫਰੈਂਡਲੀ ਡੌਗ ਹੈ। ਠੀਕ ਆ ਬਾਈ। ਤੇ ਬਾਈ ਨੇ ਜਿਵੇਂ ਦੱਸਿਆ ਕਹਿੰਦਾ ਕੋਈ ਚੱਕਰ ਨਹੀਂ ਫੈਮਿਲੀ ਦੇ ਵਿੱਚ, ਬੱਚਿਆਂ ਨੂੰ ਕੋਈ ਇਹਨਾਂ ਵੀ ਵੱਡਣ ਵੁੱਡਣ ਵਾਲੀ ਕੋਈ ਪ੍ਰੋਬਲਮ ਨਹੀਂ ਹੈਗੀ ਐਡੀ, ਅਤੇ ਰੱਖ ਸਕਦੇ ਆਪਾਂ ਫੈਮਿਲੀ ਦੇ ਵਿੱਚ। ਵੀਡੀਓ ਦੇਖਣ ਲਈ ਧੰਨਵਾਦ, ਅਤੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।